ਇਹ ਮਨ ਵਿੱਚ ਹੌਸਲਾ ਫਰੀਦਾ ਜੋਵਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਕਿਤੇ ਜੋਵਨ ਪ੍ਰੀਤ ਬਿਨ ਸੁੱਕ ਗਏ ਕਮਲਾਏ ਜੋਵਨ ਚੱਲਿਆ ਜਾਵੇ ਸਰੀਰ ਚੱਲਿਆ ਜਾਵੇ ਕੋਈ ਪਰਵਾਹ ਨਹੀਂ ਪਰ ਮੇਰੀ ਪ੍ਰੀਤੀ ਨਾ ਟੁੱਟੇ ਸਿੱਖ ਦੀ ਪ੍ਰੀਤੀ ਗੁਰੂ ਦੇ ਨਾਲੋਂ ਪਾਤ ਰਵਿਦਾਸ ਜੀ ਮਹਾਰਾਜ ਕਥਨ ਕਰਦੇ ਹਨ ਕਹਾਂ ਭਇਓ ਜੋ ਤਨ ਭਇਓ ਛਿਨ ਛਿਨ ਪ੍ਰੀਤ ਜਾਏ ਤੋ ਡਰ ਕੇ ਤੇਰੋ ਜਾਂ ਸਰੀਰ ਟੁਕੜੇ ਟੁਕੜੇ ਹੋ ਜਾਵੇ ਨਾ ਕੋਈ ਪਰਵਾਹ ਨਹੀਂ ਪਰ ਸਭ ਤੋਂ ਵੱਡਾ ਦੁੱਖ ਆ ਗੁਰੂ ਨਾਲੋਂ ਪ੍ਰੀਤੀ ਟੁੱਟਣ ਦਾ ਜੇ ਸਿੱਖ ਦੀ ਗੁਰੂ ਨਾਲੋਂ ਪ੍ਰੀਤੀ ਟੁੱਟ ਗਈ ਨਾ ਤੇ ਕੁਛ ਨੀ ਰਹਿੰਦਾ ਜਨਮ ਤਾਂ ਫੇਰ ਮਿਲ ਜਾਣਾ ਪ੍ਰੀਤੀ ਟੁੱਟ ਗਈ ਫੇਰ ਨੀ ਕੁਛ ਬਣਨਾ ਜੇ ਪਿਆਰ ਟੁੱਟ ਗਿਆ ਤੇ ਹੁਣ ਕਲਗੀ ਧਾਰ ਦੇ ਨਾਲ ਪਿਆਰ ਤਾਂ ਹੀ ਰਹੂ ਨਾ ਜੇ ਆਪਾਂ ਪੰਜੇ ਕੱਕਾਂ ਵਿੱਚ ਪੂਰੇ ਰਹਾਂਗੇ ਤੇ ਜੇ ਕਲਗੀ ਨਾਲੋਂ ਧਰ ਨਾਲ ਪਿਆਰ ਤੋੜ ਕੇ ਤੇ ਸ਼ਰਾਬ ਨਾਲ ਪਿਆਰ ਪਾ ਲਿਆ ਸ਼ਰਾਬ ਪੀ ਲਈ ਸਿੱਖੀ ਕਿਲੇ ਤੇ ਟੰਗ ਤੀ ਮੀਟ ਖਾ ਲਿਆ ਰੋਮਾਂ ਦੀ ਬਿਦ ਵੀ ਫਿਰ ਕਰਗੀ ਧਰ ਨਾਲ ਪਿਆਰ ਨਾ ਰਿਹਾ ਜਿਹਦੇ ਮਨ ਵਿਚ ਪਿਆਰ ਆ ਉਹ ਤਾਂ ਕਹਿੰਦਾ ਸਰੀਰ ਚੱਲਿਆ ਜਾਏ ਕੋਈ ਪਰਵਾਹ ਨਹੀਂ ਪਰ ਮੇਰੀ ਪ੍ਰੀਤੀ ਨਾ ਟੁੱਟੇ ਸਿੱਖ ਦੀ ਪ੍ਰੀਤੀ ਗੁਰੂ ਨਾਲ ਨਾ ਟੁੱਟੇ ਭਾਵੇਂ ਸਰੀਰ ਚੱਲਿਆ ਜਾਵੇ ਸਿਰ ਚੱਲਿਆ ਜਾਵੇ ਕੋਈ ਪਰਵਾਹ ਨਹੀਂ ਤੇ ਅੱਜ ਦਾ ਤਾਂ ਕੰਮ ਉਲਟ ਹੋ ਜਾਂਦਾ ਨਾ ਕਹਿੰਦੇ ਪ੍ਰੀਤੀ ਟੁੱਟ ਜਾਵੇ ਪਈ ਟੁੱਟ ਜਾਏ ਪਰ ਕਿਤੇ ਸ਼ਰਾਬ ਨਾ ਚਲੀ ਜਾਵੇ ਜੇ ਮੁਕਤੀ ਮਿਲੇ ਮੁਕਤੀ ਮਿਲੇ ਉਹ ਨਾ ਚਲੀ ਜਾਵੇ ਕਹਿੰਦਾ ਪ੍ਰੀਤੀ ਦਾ ਕੋਈ ਡਰ ਨੀ ਫੇਰ ਪਾ ਲਾਂਗੇ ਤੇ ਅੱਜ ਕੱਲ ਤਾਂ ਪ੍ਰੀਤੀ ਬਸ ਇਸੇ ਕੰਮ ਦੀਆਂ ਲਾਲਾਂ ਡਿੱਗ ਪੈਂਦੀਆਂ ਦੇਖ ਕੇ ਉਦੋਂ ਹੀ ਤੇ ਸਾਧ ਸੰਗਤ ਜਿਹਦੀ ਕਲਗੀ ਧਾਰਨਾ ਪ੍ਰੀਤੀ ਬੰਦ ਬੰਦ ਕਟਵਾ ਲੇ ਲਾਲਚ ਦਿੱਤੇ ਗਏ ਨਵਾਬੀਆਂ ਦੇ ਰਾਜਕੁਮਾਰੀਆਂ ਦੇ ਬੇਗਮਾਂ ਦੇ ਪਰ ਠੋਕਰਾਂ ਮਾਰੀਆਂ ਕਹਿਣ ਲੱਗੇ ਸਾਨੂੰ ਪ੍ਰੀਤੀ ਚਾਹੀਦੀ ਹੈ ਪ੍ਰੀਤੀ ਤੇ ਸਾਨੂੰ ਰਾਜਭਾਗ ਨਹੀਂ ਚਾਹੀਦਾ ਵਜ਼ੀਰੀਆਂ ਨਹੀਂ ਚਾਹੀਦੀਆਂ ਤੇ ਅੱਜ ਤਾਂ ਸਾਧ ਸੰਗਤ ਵਜ਼ੀਰੀਆਂ ਚਾਹੀਦੀਆਂ ਗੁਰੂ ਦੀ ਪ੍ਰੀਤੀ ਨਹੀਂ ਚਾਹੀਦੀ ਟੁੱਟ ਜਾਵੇ ਤਾਂ ਭਾਈ ਟੁੱਟ ਜਾਵੇ ਕਿਸੇ ਖੂਹ ਚ ਪਵੇ ਦੇਖੀ ਜਾਓ ਫੇਰ ਅੱਜ ਉਲਟ ਪੁਲਟ ਹੋ ਗਿਆ ਕੰਮ ਪਰ ਸਾਧ ਸੰਗਤ ਜਿਹਦੇ ਮਨ ਵਿਚ ਕਲਗੀ ਧਰ ਦਾ ਪਿਆਰ ਆ ਨਾ ਉਹ ਨੀ ਤੋੜਦਾ ਚਾਹੇ ਲੱਖ ਤਕਲੀਫਾਂ ਆਉਣ ਕਸ਼ਟ ਚੱਲਣੇ ਪੈਣ ਪਰ ਉਹ ਕਹਿੰਦਾ ਸਿੱਖੀ ਮੇਰੀ ਕੇਸਾਂ ਸਵਾਸਾਂ ਸੰਗ ਨਿਭ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ Thank you.
سکھی پیاریا سر نہیں پیارا سر چلیا جاوے کوئی پرواہ نہیں میر منو دی جیل دے وچ جے سمے ایہو جا سما آ گیا سکھ دریاواں دے کنارے اپنی زندگی بتیت کر دے جنگلاں دے وچ لوک شپ کے گنتی دے سکھ رہ گئے تے پنڈاں وچوں فوجاں سپاہی کی کر دے سکھاں دے پرواراں نوں پھڑ کے لے جاندے بچیاں نوں گھر والیاں لڑکیاں نوں جیل وچ بند کر دیندے لڑکیاں نوں بیبیاں نوں سوا سوا من پینا دیندے وی پیو آٹا پیو تسی تے او وچاریاں پانے وچ ادھی ادھی روٹی کھان نوں اٹھی پیری ملدی ترسدیاں نوں پانی دی گھٹ تے سپاہی چامڑے ہوئے میر منو دے کی کریا کرن او بچے رویا کرن کیونکہ جد ماواں نوں روٹی نہیں ملدی دودھ کتھوں آوے رویا کرن پیو کہا کرن کیویں کافراں دے بچے روندے آ نا پیر تو پھڑ کے اوپر نوں سٹ دیا کرن بچیاں نوں جد ہیٹھاں ڈگیا کرن برشا لا دیا کرن ویدی نگا دیا کرن تے پھر بچیاں نوں اس طرح پرو کے انہوں نے ٹکڑے ٹکڑے کر کے انہوں نے چولیاں چپا دیں کہیں گے سکھی لینی ہے کہ موت وہ کہیں گے موت سانو چاہیے سکھی نہیں چڑنی سکھی نہیں چڑنی سوا سوا من پیسنے پیسے بڑے کشٹ چلے تے کشٹ وچ رہ کے پانے نو ماندیاں ہوئیاں کلگی تار دی سکھی نہیں چڑی اینے کشٹ چلے تے اے انہوں دا بچن سی اس سمے کہاوت منو ساڈی داتری اسی منو دے سوئے جیوں جو منو وڑدا تیوں تیوں دون سوائے ہوئے بھی منو تا ساڈی داتری آ وجن واسطے اسی سوئے ہاں سوئے کہو جا پودا انہوں وڈی جا ہور پٹی دا جادا اسی طرح سکھاں نوں جیوں جیوں سمے دیاں حکومتاں ڈنڈ دیندیاں سرکاراں مارنا ختم کر دیاں تیوں تے سکھ ودی جاندا یہ نہیں مردا کیونکہ کلگیدار نے ایسا امبر دا شٹا دیتا تے جڑی امر ہو جاندی چیز وہ کدے مردی نہیں امرت پی کے امر ہو جائے گا امرت پیو سدا چر جیو ہر سمرت اند اننتا جڑا امر ہو گیا وہ کیویں مر جو ایک ستگوراں نے امبر دی دا دے کے خالصے نوں امر کرتا جیویں جیویں انہاں نوں کشٹ دتے جاندے مارے جانا تیوں تیوں خالصا پنتھ ودھی جاندا مکن والا نہیں بان کرم دی کدے